ਤਾਂ ਜੀ ਦੋਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਦੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੇਟੈਸਟ ਵੀਡੀਓ ਹੋ ਸਭ ਤੋਂ ਪਹਿਲਾਂ ਮਿਲ ਜਾਈ ਰਹੀ ਸੋ ਇਸ ਚੈਨਲ ਦੇ ਉੱਤੇ ਪੀਐਸਟ ਐਟ ਸੀਟ ਐਟ ਮਾਸਟਰ ਕੱਡ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀ ਸੋ ਅੱਜ ਦੇ ਸੈਸ਼ਨ ਦੇ ਵਿੱਚ ਪੋਲੀਟੀਕਲ ਸਾਇੰਸ ਦਾ ਜਿਹੜਾ ਪਾਰਟ ਨੰਬਰ 5 ਆਪਾਂ ਡਿਸਕਸ ਕਰਾਂਗੇ ਜਨਕਿ ਟੋਟਲ ਹੁਣ ਤੱਕ ਦੇ 250 ਕੁਐਸਚਨ ਜਿਹੜੇ ਅੱਜ ਵਾਲੇ ਸੈਸ਼ਨ ਚ ਕੰਪਲੀਟ ਹੋ ਜਾਣਗੇ ਸਾਡੇ ਓਕੇ ਸੋ ਅਸੀਂ ਜਿਹੜਾ ਟਾਰਗੇਟ ਰੱਖਿਆ ਹੈ ਉਹ 4500 ਕੁਐਸਚਨ ਦਾ ਹੈ ਸੋ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਬਟ ਇਸ ਤੋਂ ਘਟ ਨਹੀਂ ਆਪਾਂ ਕਰਦੇ ਓਕੇ ਸੋ ਇਸ ਤੋਂ ਬਾਹਰੋਂ ਕੋਈ ਵੀ ਕੁਐਸਚਨ ਜਿਹੜਾ ਹੋਣ ਦੀ ਸੰਭਾਵਨਾ ਨਹੀਂ ਰਹੂਗੀ ਕਿਉਂਕਿ ਆਪਾਂ ਹਰ ਇੱਕ ਕੁਐਸਚਨ ਨੂੰ ਜਿਹੜਾ ਹੈ ਬੜੇ ਡੀਪਲੀ ਡਿਸਕਸ ਕਰਾਂਗੇ ਅਤੇ ਇੱਕ ਇੱਕ ਕੁਐਸਚਨ ਦੇ ਵਿੱਚੋਂ ਦੋ ਜਾਂ ਤਿੰਨ ਕੁਐਸਚਨ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ ਮੀਨ ਕਿ ਉਹ ओके सो पार्ट नंबर 5 ਹੈ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਜਿਹੜਾ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸਸ਼ਨਾ ਅਜਦਾ ਇੱਕ ਚੀਜ਼ ਹੋਰ ਧਿਆਨ ਚ ਰੱਖਣਾ ਕਿ ਅੱਜ ਵਾਲਾ ਜਿਹੜਾ ਸੈਸ਼ਨ ਹੈ ਉਹ ਸਿਰਫ ਪੇਡ ਸਟੂਡੈਂਟ ਤੱਕ ਹੀ ਜਾਵੇਗਾ ਬਾਕੀਆਂ ਤੱਕ ਨਹੀਂ ਜਾਵੇਗਾ ਸੋ ਜਿਨ੍ਹਾਂ ਨੇ ਫੀਸ ਪੇ ਕੀਤੀ ਹੋਈ ਹੈ 500 ਸਿਰਫ ਉਹੀ ਇਸ ਨੂੰ ਦੇਖ ਸਕਦੇ ਹੈਗੇ ਨੇ ਸੋ ਬਾਕੀਆਂ ਤੱਕ ਜਿਹੜਾ ਹੈ ਇਹ ਪਹੁੰਚ ਨਹੀਂ ਪਾਵੇਗੀ ਅਤੇ ਜਿਹੜੇ ਦੋਸਤ ਇਸ ਨੂੰ ਦੇਖ ਰਹੇ ਨੇ ਠੀਕ ਹੈ ਇਹ ਪ੍ਰਾਈਵੇਟ ਵੀਡੀਓ ਹੈ ਸੋ ਪਲੀਜ਼ ਇਸ ਨੂੰ ਸ਼ੇਅਰ ਨਾ ਕਰਨਾ ਕਿਉਂਕਿ ਮੇਰੇ ਕੋਲ ਤੁਹਾਡਾ ਸਾਰਿਆਂ ਦਾ ਜਿਹੜਾ ਹੈ ਨਾ ਡਾਟਾ ਹੈ ਕਿ ਕਿੰਨੇ ਜਾਣਿਓ ਅਕਰ ਉਸ ਤੋਂ ਵੱਧ ਹੋਵੇਗੀ ਤੁਸੀਂ ਬੇਸ਼ੱਕ 10 ਵਾਰ ਦੇਖ ਸਕਦੇ ਹੋ ਕੋਈ ਚੱਕਰ ਨਹੀਂ ਬਟ ਦੂਸਰੇ ਕਿਸੇ ਪਰਸਨ ਨੂੰ ਉਸੇ ਤੁਸੀਂ ਨਾ ਸੈਂਡ ਕਰਿਓ ਓਕੇ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਫਸਟ ਕੁਐਸਚਨ ਹੈ ਜੀ ਪੋਲੀਟੀਕਲ ਦਾ ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹੈਗੇ ਨੇਗੇ ਓਕੇ ਸੋ ਇੱਕ ਨਾ ਚੀਜ਼ ਧਿਆਨ ਰੱਖਣਾ ਕਿ ਇਹ ਨਾ ਸਮਝਣਾ ਕਿ ਪੀਡੀਐਫ ਜਿਹੜੀ ਉਹ ਗਰੁੱਪ ਚ ਆ ਜਾਊਗੀ ਬਹੁਤ ਹੈ ਇੱਥੇ ਦੇਖਣਾ ਰਹਿਣਾ ਕਿਉਂਕਿ PDF ਦੇ ਵਿੱਚ ਤੁਸੀਂ ਇੱਕ ਕੁਐਸਚਨ ਨੂੰ ਇੱਕ ਹੀ ਸਮਝੋਗੇ ਬਟ ਕਲਾਸ ਦੇ ਵਿੱਚ ਇੱਕ ਕੁਐਸਚਨ ਦੇ ਦੋ ਵੀ ਹੋ ਸਕਦੇ ਆ ਇੱਕ ਵੀ ਹੋ ਸਕਦੇ ਤਿੰਨ ਵੀ ਹੋ ਸਕਦੇ ਆ ਤੇ ਇਸ ਲਈ ਕਲਾਸ ਲਗਾਉਣੀ ਵੀ ਜ਼ਰੂਰੀ ਹੈ ਦੇਖਣੀ ਵੀ ਜ਼ਰੂਰੀ ਹੈ ਕਿਉਂਕਿ ਉਹਨੂੰ ਸਮਝਣਾ ਵੀ ਜ਼ਰੂਰੀ ਹੈਗਾ ਠੀਕ ਹੈ ਸੋ ਇਸ ਲਈ ਕਲਾਸ ਨੂੰ ਵੀ ਮਿਸ ਨਹੀਂ ਕਰਨਾ ਤੇ PDF ਤਾਂ ਤੁਹਾਡੇ ਕੋਲੇ ਆਉਣੀ ਹੀ ਆਉਣੀ ਆ ਉਹ ਤੁਸੀਂ ਉੱਥੋਂ ਦੇ ਕੇ ਹੀ ਲੈਣੀ ਹੈਗੀ ਆ ਕਿ ਓਕੇ ਸੋ ਰਾਜ ਸਭਾ ਸੋ ਜਿਹੜਾ ਕਿ ਉੱਪਰਲਾ ਸਦਨ ਹੈ ਇਹਦੇ ਕਿੰਨੇ ਮੈਂਬਰ ਹੁੰਦੇ ਨੇ 250 ਮੈਂਬਰ ਹੁੰਦਾ ਹੈ ਜੀ ਕਿੰਨਾ ਪੁੱਛਿਆ ਹੈ ਵੱਦ ਤੋਂ ਵੱਦ ਸੋ ਇਹ ਦੋ ਕਵਚਨ ਜਿਹੜੇ ਕਨਫਿਊਜ਼ਨ ਵਾਲੇ ਹੁੰਦੇ ਨੇ ਇੱਕ ਰਾਜ ਸਭਾ ਤੇ ਇੱਕ ਲੋਕ ਸਭਾ ਜਿਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਵੱਦ ਤੋਂ ਵੱਦ ਮੈਂਬਰ ਕਿੰਨੇ ਨੇ ਠੀਕ ਹੈ ਅਤੇ ਪੁੱਛੇ ਦੂਸਰਾ ਪੁੱਛਿਆ ਜਾਂਦਾ ਕਵਚਨ ਕਿ ਵਰਤਮਾਨ ਸਮੇਂ ਕਿੰਨੇ ਨੇ ਓਕੇ ਸੋ ਇੱਥੇ ਸਾਨੂੰ ਕਨਫਿਊਜ਼ਨ ਹੁੰਦੀ ਹੈ ਕਈ ਵਾਰ ਸਾਨੂੰ ਇਸ ਦਾ ਪਤਾ ਨਹੀਂ ਲੱਗਦਾ ਜੇ ਤਾਂ ਸਿੱਧਾ ਪੁੱਛਿਆ ਗਿਆ ਕਿ ਰਾਜ ਸਭਾ ਦੇ ਕਿੰਨੇ ਮੈਂਬਰ ਨੇ ਤਾਂ ਸਵਾਭਕ ਜੀ ਗੱਲ ਹੈ ਕਿ ਉਹਨਾਂ ਨੇ ਪ੍ਰੈਜ਼ੈਂਟ ਤੇ ਪੁੱਛ ਨਹੀਂ ਜਿਨ੍ਹਾਂ ਨੇ ਕਿਹਾ ਕਿ ਵੱਦ ਤੋਂ ਵੱਦ ਕਿੰਨੇ ਮੈਂਬਰ ਹੁੰਦੇ ਨੇ ਤਾਂ ਸਵਾਭਕ ਜੀ ਗੱਲ ਹੈ ਕਿ ਵੱਦ ਤੋਂ ਵੱਦ ਕਿੰਨੇ ਨੇ ਓਕੇ ਤਾਂ ਵੱਦ ਤੋਂ ਵੱਦ ਜਿਹੜ ਰਾਸਵਦੀ 2200 2200 ਮੈਂਬਰ ਜਿਹੜਾ ਇਸ ਦਾ ਵੱਧ ਤੋਂ ਵੱਧ ਹੈ ਅਗਰ ਅਸੀਂ ਗੱਲ ਕਰੀਏ ਪ੍ਰੈਜ਼ੈਂਟ ਦੀ ਤਾਂ ਪ੍ਰੈਜ਼ੈਂਟ ਦੇ ਵਿੱਚ ਉਸਤੇ 245 ਮੈਂਬਰ ਹੈਗੇ ਨੇਗੇ 245 ਮੈਂਬਰ ਇਸ ਤੇ ਵਰਤਮਾਨ ਸਮੇ ਜਿਹੜੇ ਹੈਗੇ ਨੇਗੇ ਔਰ ਇਸ ਤੋਂ ਇਲਾਵਾ ਇਹ ਵੀ ਯਾਦ ਰੱਖਣਾ ਕਿ ਇਹਦੇ 12 ਮੈਂਬਰ ਜਿਹੜੇ ਹੈਗੇ ਨੇ ਉਹ ਰਾਸ਼ਟਰਪਤੀ ਦੇ ਦੁਆਰਾ ਚੁਣੇ ਜਾਂਦੇ ਨੇ ਪ੍ਰੈਜ਼ੀਡੈਂਟ ਦੇ ਦੁਆਰਾ ਚੁਣੇ ਜਾਂਦੇ ਨੇ ਜਿਹੜੇ ਕਿ ਸਾਹਿਤ ਦੇ ਨਾਲ ਲਿਟਰੇਚਰ ਦੇ ਨਾਲ ਠੀਕ ਹੈ ਸਾਇੰਸ ਦੇ ਨਾਲ ਸੰਬੰਧਿਤ ਜਾਂ ਕਿਸੇ ਵਿਸ਼ੇਸ਼ ਸਮਾਜ ਸੇਵਾ ਦੇ ਨਾਲ ਸੰਬੰਧ ਰੱਖਦੇ ਹੋਣ ਸੋ ਉਹਨਾਂ ਨੂੰ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਜਿਹੜਾ ਚੁਣ ਸਕਦਾ ਹੈਗਾ ਅਤੇ ਰਾਜ ਸਭਾ ਦਾ ਮੈਂਬਰ ਬਣਾ ਸਕਦਾ ਹੈ ਨੈਕਸਟ ਹੈ ਬ੍ਰਿਟਿਸ਼ ਸਰਕਾਰ ਦੁਆਰਾ ਈਸਟ ਇੰਡੀਆ ਕੰਪਨੀ ਤੇ ਨਿਯੰਤਰਣ ਕਰਨ ਕਰਨ ਲਈ ਕਰਨ ਜੋ ਕਰਨ ਲਈ ਚੁੱਕਿਆ ਗਿਆ ਪਹਿਲਾ ਕਦਮ ਕਿਹੜਾ ਸੀ ਬ੍ਰਿਟਿਸ਼ ਸਰਕਾਰ ਦੇ ਦੁਆਰਾ ਈਸਟ ਇੰਡੀਆ ਕੰਪਨੀ ਜਿਹੜੀ ਕਿ ਪਹਿਲਾਂ ਆਈਸੀ ਭਾਰ ਦੇ ਵਿੱਚ ਉਹਦੇ ਉੱਪਰ ਕੰਟਰੋਲ ਕਰਨ ਦੇ ਲਈ ਉਹਨਾਂ ਨੇ ਕਿਹੜਾ ਕਦਮ ਸਭ ਤੋਂ ਪਹਿਲਾਂ ਚੁੱਕਿਆ ਸੀ ਤਾਂ ਕਿ ਜਿਹੜਾ ਹੈ ਈਸਟ ਇੰਡੀਆ ਕੰਪਨੀ ਨੂੰ ਆਪਣੇ ਅਧੀਨ ਕਰ ਸਕਣ ਸੋ ਇਸ ਦੇ ਲਈ ਉਸਨੇ ਰੈਗੂਲੇਟਿੰਗ ਐਕਟ ਜਿਹੜਾ ਅਪਣਾਇਆ ਸੀਗਾ ਜਿਹਦੇ ਥਰੂ ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਉੱਪਰ ਆਪਣਾ ਜਿਹੜਾ ਅਧਿਕਾਰ ਜਿਹੜਾ ਕੰਟਰੋਲ ਹੈ ਉਹ ਸਟੈਬਲਿਸ਼ ਕਰ ਲਿਆ ਸੀਗਾ ਓਕੇ ਇਹਦੇ ਨਾਲ रिलेटेड ਦੋ ਤਿੰਨ ਕੁਐਸਚਨ ਆਉਂਦੇ ਹੁੰਦੇ ਨੇ ਤਾਂ ਦੋਨੋਂ ਤਿੰਨ ਹੀ ਇਸ ਦੇ ਵਿੱਚ ਮੈਂ ਜਿਹੜੇ ਉਹ ਐਡ ਕੀਤੇ ਹੋਏ ਨੇ ਨੈਕਸਟ ਕੁਐਸਚਨ ਹੈ ਰੈਗੂਲੇਟਿੰਗ ਐਕਟ ਜਿਹੜਾ ਹੈ ਉਹ ਕਦੋਂ ਪਾਸ ਹੋਇਆ ਠੀਕ ਹੈ ਇਹ ਐਕਟ ਕਿਸ ਲਈ ਸੀਗਾ ਬ੍ਰਿਟਿਸ਼ ਸਰਕਾਰ ਦਾ ਈਸਟ ਇੰਡੀਆ ਕੰਪਨੀ ਦੇ ਉੱਪਰ ਅਧਿਕਾਰ ਜਮਾਉਣਾ ਅਤੇ ਇਹ ਐਕਟ ਪਾਸ ਕਦੋਂ ਹੋਇਆ ਸੀਗਾ ਇਹ ਪਾਸ ਹੋਇਆ ਸੀ ਜੀ 1773 ਦੇ ਵਿੱਚ 1773 ਦੇ ਵਿੱਚ ਹੋਇਆ ਸੀਗਾ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਰੈਗੂਲੇਟਿਵ ਐਕਟ ਹੈ ਇਹ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਣ ਕਰਨ ਦੇ ਵਿੱਚ ਵੀ ਇੱਕ ਯੋਗਦਾਨ ਪਾਉਂਦਾ ਹੈ ਕਿਉਂਕਿ ਇਹ ਪਹਿਲੀ ਕੋਸ਼ਿਸ਼ ਸੀ ਸਾਡੇ ਸੰਵਿਧਾਨ ਨੂੰ ਨਿਰਮਾਣ ਕਰਨ ਦੇ ਲਈ ਜਿੰਨੇ ਐਕਟ ਬ੍ਰਿਟਿਸ਼ ਸਰਕਾਰ ਦੇ ਦੁਆਰਾ ਚਲਾਏ ਗਏ ਸੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਪੁਆਇੰਟ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀ ਤਾਂ ਇਹ ਪਹਿਲਾ ਪੁਆਇੰਟ ਠੀਕ ਹੈ ਰੈਗੂਲੇਟਿੰਗ ਐਕਟ ਇਹਦੇ ਵਿੱਚੋਂ ਵੀ ਚੁਣਿਆ ਗਿਆ ਸੀ ਓਕੇ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਧਿਆਨ ਨਾਲ ਧਿਆਨਾਂ ਨੋਟ ਕਰਨਾ ਕਿ ਪੁੱਛਿਆ ਗਿਆ ਹੈ ਕਿਹੜਾ ਐਕਟ ਸੀ ਜਿਸ ਨੇ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਸੀ ਪਹਿਲਾਂ ਔਰ ਬਾਅਦ ਦੇ ਵਿੱਚ ਤਬਦੀਲ ਕਰ ਦਿੱਤਾ ਸੀਗਾ ਬੰਗਾਲ ਦੇ ਗਵਰਨਰ ਜਰਨਲ ਦੇ ਵਿੱਚ ਜਰਨਲ ਸ਼ਬਦ ਜਿਹੜਾ ਐਡ ਹੋ ਗਿਆ ਸੀਗਾ ਇਹ ਕਿਹੜੇ ਐਕਟ ਦੇ ਅਧੀਨ ਐਡ ਕੀਤਾ ਗਿਆ ਸੀ ਸੋ ਇਹ ਕੀਤਾ ਗਿਆ ਸੀ ਰੈਗੂਲੇਟਿਵ ਐਕਟ ਸੀਗਾ ਜਿਹੜਾ ਇਸ ਤੇ ਅਧੀਨ ਬੰਗਾਲ ਦਾ ਜਿਹੜਾ ਸ਼ਾਸਕ ਹੁੰਦਾ ਸੀ ਉਸ ਨੂੰ ਗਵਰਨਰ ਕਿਹਾ ਜਾਂਦਾ ਸੀ ਅਤੇ 1773 ਦੇ ਐਕਟ ਦੇ ਅਧੀਨ ਇਹਦਾ ਨਾਮ ਬਦਲ ਕੇ ਕਰ ਦਿੱਤਾ ਗਿਆ ਬੰਗਾਲ ਦਾ ਗਵਰਨਰ ਜਨਰਲ ਸੋ ਕਈ ਆਉਂਦੇ ਨੇ ਇੱਕ ਗਵਰਨਰ ਹੈ ਇੱਕ ਗਵਰਨਰ ਜਨਰਲ ਹੈ ਇੱਕ ਗਵਰਨਰ ਜਨਰਲ ਆਫ ਇੰਡੀਆ ਹੈ ਇੱਕ ਵਾਇਸਰਾ ਹੈ ਠੀਕ ਹੈ ਇਹ ਸਾਰੇ ਤਿੰਨ ਚਾਰ ਪੁਆਇੰਟਸ ਨੇ ਇਹ ਸਾਰੇ ਇਹਦੇ ਵਿੱਚ ਇਨਕਲੂਡ ਕੀਤੇ ਹੋਏ ਨੇ ਨੈਕਸਟ ਹੈ ਰੈਗੂਲੇਟਿੰਗ ਐਕਟ ਦੁਆਰਾ ਗਵਰਨਰ ਜਨਰਲ ਦੀ ਸਲਾਹ ਸੌਰੀ ਰੈਗੂਲੇਟਿੰਗ ਐਕਟ ਦੁਆਰਾ ਗਵਰਨਰ ਜਨਰਲ ਦੀ ਸਹਾਇਤਾ ਕਰਨ ਦੇ ਲਈ ਕਿੰਨੇ ਮੈਂਬਰਾਂ ਦੀ ਕਾਉਂਸਲ ਬਣਾਈ ਗਈ ਸੀਗੀ ਜਦੋਂ ਰੈਗੂਲੇਟਿੰਗ ਐਕਟ ਜਿਹੜਾ ਪਾਸ ਕੀਤਾ ਗਿਆ ਸੀ ਤਾਂ ਗਵਰਨਰ ਜਨਰਲ ਜਿਹੜਾ ਹੈ ਉਹ ਨਿਯੁਕਤ ਕਰ ਦਿੱਤਾ ਸੀ ਉਹਦੇ ਲਈ ਕਿੰਨੇ ਮੈਂਬਰਾਂ ਦੀ ਕਾਉਂਸਲ ਨਿਯੁਕਤ ਕੀਤੀ ਸੀ ਤਾਂ ਕਿ ਉਹਦੀ ਸਹਾਇਤਾ ਕਰ ਸਕਣ ਤਾਂ ਉਹ ਮੈਂਬਰਾਂ ਦੀ ਸੰਖਿਆ ਸੀਗੀ ਜੀ 4 4 ਮੈਂਬਰ ਸੀਗੇ ਜਿਹੜੇ ਉਹ ਕਾਉਂਸਲ ਦੇ ਵਿੱਚ ਸੀ ਜਿਹੜੇ ਕਿ ਗਵਰਨਰ ਜਨਰਲ ਦੀ ਮਦਦ ਕਰਦੇ ਸੀਗੇ ਓਕੇ ਜਿਵੇਂ ਕਿ ਪਾਰਲੀਮੈਂਟ ਰਸੀਗੀ ਠੀਕ ਹੈ ਉਸ ਸਮੇਂ ਦੇ ਵਿੱਚ ਉਹ ਛੋਟਾ ਜਿਹਾ ਜਿਹੜਾ ਕਿਸੇ ਦਾ ਗਰੁੱਪ ਸੀ ਜਿਹੜਾ ਕਿ ਉਹਦੀ ਮਦਦ ਕਰਦਾ ਸੀ ਨੈਕਸਟ ਹੈ ਸਪਰੀਮ ਕੋਰਟ ਦੀ ਸਥਾਪਨਾ ਕਿਹੜੇ ਐਕਟ ਦੇ ਅਧੀਨ ਕੀਤੀ ਗਈ ਹੈ? ਇਹ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਰੈਗੂਲੇਟਿੰਗ ਐਕਟ ਦੇ ਨਾਲ ਸੰਬੰਧਿਤ ਓਕੇ ਸੋ ਇਸ ਐਕਟ ਦੀ ਜਿਹੜੀ ਕਸਦਿਆਂ ਇਸ ਐਕਟ ਦੇ ਅਧੀਨ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ ਰੈਗੂਲੇਟਿੰਗ ਐਕਟ ਸੀਗਾ ਅਤੇ ਸਥਾਪਨਾ 1774 ਦੇ ਵਿੱਚ ਕੀਤੀ ਸੀ ਠੀਕ ਹੈ ਐਕਟ ਜਿਹੜਾ ਹੈ ਇਹ 1773 ਦੇ ਵਿੱਚ ਪਾਸ ਹੋਇਆ ਸੀ ਬਟ ਇਸ ਐਕਟ ਦੇ ਅਧੀਨ 1774 ਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਗਈ ਸੀ ਕਿਹੜੀ ਸੁਪਰੀਮ ਕੋਰਟ ਸੀ ਕੋਲਕਾਤਾ ਜੀ ਡੀ ਕੇ ਭਾਰਤ ਦੀ ਸਭ ਤੋਂ ਪੁਰਾਣੀ ਹਾਈ ਕੋਰਟ ਉਹ ਕਹੀ ਜਾਂਦੀ ਹੈਗੀ ਹੈਗੀ ਚਾ ਪਹਿਲੀ ਅਦਾਲਤ ਕਹੀ ਜਾਂਦੀ ਹੈ ਉਸ ਤੋਂ ਬਾਅਦ ਬਾਕੀ ਦੀਆਂ ਬਣੀਆਂ ਸੀਗੀਆਂ ਠੀਕ ਹੈ ਸੋ ਸਭ ਤੋਂ ਪੁਰਾਣੀ ਜਿਹੜੀ ਹੈ ਉਹ ਕਲਕੱਤਾ ਵਾਲੀ ਹੈ ਜਿਹੜੀ ਕਿ 1773 ਦੇ ਐਕਟ ਦੇ ਅਧੀਨ ਬਣੀ ਸੀ 1774 ਦੇ ਵਿੱਚ ਨੈਕਸਟ ਹੈ ਸੁਪਰੀਮ ਕੋਰਟ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਰੈਗੂਲੇਟਿੰਗ ਐਕਟ ਦੇ ਅਧੀਨ ਤਾਂ ਹੁਣੇ ਦੱਸਿਆ ਹੈ ਕਲਕੱਤਾ ਦੇ ਵਿੱਚ ਕੀਤੀ ਸੀ ਜੋ ਕਿ ਵਰਤਮਾਨ ਸਮੇਂ ਵੀ ਹੈ ਅਤੇ ਇਹ ਭਾਰਤ ਦੀ ਸਭ ਤੋਂ ਪੁਰਾਣੀ ਹਾਈ ਕੋਰਟ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ ਕਲਕੱਤਾ ਹਾਈ ਕੋਰਟ ਓਕੇ ਉਹ ਸਮੇਂ ਸੁਪਰੀਮ ਕੋਰਟ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਇਹ ਹਾਈ ਕੋਰਟ ਹੈ ਗਿਆ ਕੀ ਠੀਕ ਹੈ ਔਰ ਵਰਤਮਾਨ ਸਮੇਂ ਸਾਡੀਆਂ ਜਿਹੜੀ ਹਾਈ ਕੋਰਟਸ ਨੇ ਉਹਨਾਂ ਦੀ ਸੰਖਿਆ ਜਿਹੜੀ ਹੈ ਉਹ 25 ਹੈ 25 ਹਾਈ ਕੋਰਟਸ ਜਿਹੜੀਆਂ ਵਰਤਮਾਨ ਸਮੇਂ ਸਾਡੇ ਇੰਡੀਆ ਦੇ ਵਿੱਚ ਨੇਗੀਆਂ ਨੈਕਸਟ ਹੈ ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ਪਿਟਸ ਇੰਡੀਆ ਐਕਟ ਸੋ ਸਾਰੇ ਐਕਟੇ ਦੇ ਵਿੱਚ ਇਨਕਲੂਡ ਨੇਗੇ ਮੀਨਸ ਜਿੰਨੀਆਂ ਪਾ 50 ਦੇ ਵਿੱਚ ਅੰਡਰ ਕਰ ਸਕਦੇ ਆ ਸਾਰੇ ਦੇ ਸਾਰੇ ਇਨਕਲੂਡ ਕੀਤੇ ਨੇ ਸੋ 1774 ਦੇ ਸੋ 1784 ਦੇ ਵਿੱਚ ਜਿਹੜਾ ਹੈ ਪਿਟਸ ਇੰਡੀਆ ਐਕਟ ਜਿਹੜਾ ਸੀ ਉਹ ਪਾਸ ਹੋਇਆ ਸੀ ਜੋ ਕਿ ਬ੍ਰਿਟਿਸ਼ ਸਰਕਾਰ ਦੇ ਦੌਰਾਨ ਹੀ ਪਾਸ ਹੋਇਆ ਸੀਗਾ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਕੰਪਨੀ ਦੇ ਵਪਾਰਕ ਅਤੇ ਰਾਜਨੀਤਿਕ ਕੰਮਾਂ ਨੂੰ ਵੱਖ ਕਰ ਦਿੱਤਾ ਗਿਆ ਸੀਗਾ ਠੀਕ ਹੈ ਇਹ ਸਾਰੇ ਐਕਟ ਕਦੋਂ ਪਾਸ ਹੋਏ ਕਿਸ ਦੇ ਕਾਰਜਕਾਲ ਦੌਰਾਨ ਪਾਸ ਹੋਏ ਇਹ ਵੀ ਆਪਾਂ ਕਰਾਂਗੇ ਠੀਕ ਹੈ ਔਰ ਇਸ ਤੋਂ ਇਲਾਵਾ ਇਨ੍ਹਾਂ ਜਿਹੜੇ ਐਕਟ ਪਾਸ ਹੋਏ ਸੀ ਇਹਨਾਂ ਦੇ ਮੁੱਖ ਕੰਮ ਕੀ ਰਹੇ ਨੇ ਕੀ ਇਫੈਕਟ ਪਿਆ ਇਹ ਸਾਰੇ ਬਹੁਤ ਬਹੁਤ ਇੰਪੋਰਟੈਂਟ ਨੇਗੇ ਠੀਕ ਹੈ ਇਹ ਹਿਸਟਰੀ ਦੇ ਵਿੱਚ ਵੀ ਆਉਂਦੇ ਨੇ ਪੋਲੀਟੀਕਲ ਦੇ ਵਿੱਚ ਵੀ ਆਉਂਦੇ ਨੇ ਦੋਨਾਂ ਦੇ ਵਿੱਚ ਅਟੈਚ ਹੁੰਦੇ ਨੇ ਤਾਂ ਇਹ ਸਾਡੇ ਸੰਵਿਧਾਨ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਇਸ ਨੂੰ ਆਪਾਂ ਪੋਲੀਟੀਕਲ ਜੀ ਵੀ ਡਿਸਕਸ ਕਰ ਰਹੇ ਹਾਂ ਅਗਰ ਅਸੀਂ ਹਿਸਟਰੀ ਦੀ ਗੱਲ ਕਰੀਏਗੀ ਤਾਂ ਹਿਸਟਰੀ ਦੇ ਵਿੱਚ ਵੀ ਇਹ ਆਉਂਦੇ ਹੈਗੇ ਨੇ ਠੀਕ ਹੈ ਜੋ ਅੰਗਰੇਜ਼ਾਂ ਵਾਲੀ ਹਿਸਟਰੀ ਬਣਦੀ ਹੈ ਜੋ ਬ੍ਰਿਟਿਸ਼ ਪੀਡ ਵਾਲੀ ਉਹਦੇ ਵਿੱਚ ਵੀ ਆਉਂਦੇ ਹੈਗੇ ਨੀ ਕਿ ਤਾਂ ਕਿਹੜਾ ਐਕਟ ਸੀਗਾ ਜਿਸ ਦੇ ਦੁਆਰਾ ਕੰਪਨੀ ਜਿਹੜੀ ਕਿ ਈਸਟ ਇੰਡੀਆ ਕੰਪਨੀ ਸੀ ਉਹਦੇ ਵਪਾਰਕ ਕੰਮਾਂ ਨੂੰ ਅਤੇ ਉਸਦੇ ਰਾਜਨੀਤਿਕ ਕੰਮਾਂ ਨੂੰ ਵੱਖ ਕਰ ਦਿੱਤਾ ਸੀ ਜੋ ਕਿ ਆਪਾਂ ਉੱਪਰ ਡਿਸਕਸ ਕੀਤਾ ਹੈ ਉਹ ਐਸ ਪਿਟਸ ਇੰਡੀਆ ਐਕਟ 1784 ਦੇ ਵਿੱਚ ਪਾਸ ਹੋਇਆ ਸੀ ਇਸ ਐਕਟ ਦੇ ਅਧੀਨ ਕੰਪਨੀ ਦੇ ਵਪਾਰਕ ਕੰਮਾਂ ਨੂੰ ਤੇ ਰਾਜਨੀਤਿਕ ਕੰਮਾਂ ਨੂੰ ਵੱਖ ਕਰ ਦਿੱਤਾ ਗਿਆ ਸੀ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਸੀ ਸੋ ਨੈਕਸਟ ਕੁਐਸਚਨ ਉਹੀ ਆਏਗਾ ਜਿਹੜਾ ਪਹਿਲਾਂ ਤੁਹਾਨੂੰ ਦੱਸ ਰਿਹਾ ਸੀ ਓਕੇ ਤਾਂ ਪਹਿਲਾ ਗਵਾਲ ਦਾ ਪਹਿਲਾ ਕਿਸੇ ਬੰਗਾਲ ਦਾ ਗਵਰਨਰ ਸੋ ਇਸ ਨੂੰ ਰੈਗੂਲੇਟਿੰਗ ਐਕਟ ਦੇ ਅਧੀਨ ਬਦਲ ਕੇ ਬੰਗਾਲ ਦਾ ਗਵਰਨਰ ਜਨਰਲ ਕਰ ਦਿੱਤਾ ਸੀਗਾ ਓਕੇ ਫਿਰ ਨੈਕਸਟ ਐਕਟ ਬਣਦਾ ਹੈ ਪਿਟਸ ਇੰਡੀਆ ਐਕਟ ਜਿਸ ਦੇ ਅਧੀਨ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਯਾਨੀ ਕਿ ਇੰਡੀਆ ਦਾ ਗਵਰਨਰ ਜਨਰਲ ਜਿਹੜਾ ਹੈ ਉਹ ਕੋਸ਼ਿਤ ਕਰ ਦਿੱਤਾ ਸੀ ਸੋ ਇਹ ਐਕਟ ਸੀਗਾ ਜੀ ਇਸ ਦੇ ਲਈ ਚਾਰਟ ਚਾਰਟਰ ਐਕਟ 1833 ਦਾ ਇਸ ਐਕਟ ਦੇ ਅਧੀਨ ਬੰਗਾਲ ਦੇ ਗਵਰਨਰ ਜਨਰਲ ਦਾ ਆਉਂਦਾ ਹੁਣ ਭਾਰਤ ਦੇ ਗਵਰਨਰ ਜਨਰਲ ਦੇ ਅਧੀਨ ਹੋ ਗਿਆ ਸੀ ਮੀਨ ਜਿ ਕਿ ਪਹਿਲਾਂ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਹੁੰਦਾ ਸੀ ਹੁਣ ਉਹ ਭਾਰਤ ਦਾ ਗਵਰਨਰ ਜਨਰਲ ਬਣ ਗਿਆ ਸੀ ਕਿਉਂਕਿ ਕਾਫੀ ਸਾਰੇ ਖੇਤਰਾਂ ਨੇ ਆਪਣੇ ਅਧੀਨ ਕਰ ਲਈ ਸੀ ਅਤੇ ਇਹ ਕਿਹੜੇ ਐਕਟ ਦੇ ਅਧੀਨ ਸੀ ਚਾਰਟਰ ਐਕਟ 1833 ਦਾ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਗਵਰਨਰ ਜਨਰਲ ਦੀ ਕੌਂਸਲ ਦੇ ਵਿਧਾਨਿਕ ਚਾਰਟਰ ਐਕਟ 1853 ਐਸਵੀ ਅਤੇ ਕਾਰਜਕਾਰੀ ਕਾਰਜਾਂ ਨੂੰ ਵਖ ਕੀਤਾ ਗਿਆ ਸੋ ਰਾਈਟ ਅਸਰ 1853 ਦਾ ਐਕਟ ਸੀ ਜਿਹੜਾ ਚਾਰਟਰ ਸੀ ਠੀਕ ਹੈ ਸੋ ਇੱਥੇ ਥੋੜਾ ਜਿਹਾ ਮਿਸਟੇਕ ਹੋ ਗਿਆ ਕਿ ਇਹ ਕੁਐਸਚਨ ਜਿਹੜਾ ਹੈ ਇਸ ਤਰ੍ਹਾਂ ਬੰਦਾ ਸੀਗਾ ਓਕੇ ਇਹ ਅਨਸਰ ਹੈ ਦਾ ਸੋ ਮਿਸਟੇਕ ਨਾਲ ਟਾਈਪਿੰਗ ਹੋ ਗਿਆ ਕਿਹੜੇ ਐਕਟ ਦੇ ਦੁਆਰਾ ਗਵਰਨਰ ਜਨਰਲ ਦੀ ਕੌਂਸਲ ਵਿਧਾਨਿਕ ਅਤੇ ਕਾਰਜਕਾਰੀ ਕਾਰਜਾਂ ਨੂੰ ਵਖਾ ਕੀਤਾ ਗਿਆ ਸੀ ਤਾਂ ਚਾਰਟਰ ਐਕਟ 1853 ਦਾ ਸੀਗਾ ਓਕੇ ਗਵਰਨਰ ਜਨਰਲ ਦੀ ਕੌਂਸਲ ਦੇ ਵਿਧਾਨਿਕ ਅਤੇ ਕਾਰਜਕਾਰੀ ਕਾਰਜਾਂ ਨੂੰ ਨੈਕਸਟ ਹੈ सिविल अधिकारी ਦੀ ਨਿਯੁਕਤੀ ਦੇ ਲਈ ਖੁੱਲੇ ਮੁਕਾਬਲੇ ਦੀ ਸਿਫਾਰਸ਼ ਕਿਹੜੀ ਕਮੇਟੀ ਨੇ ਕੀਤੀ ਸੀ ਜਾਨਕਿ ਜੇਕਰ ਸਿਵਲ ਅਧਿਕਾਰੀ ਬਣਨਾ ਹੈ ਕਿਸੇ ਨੇ ਤਾਂ ਕੋਈ ਵੀ ਵਿਅਕਤੀ ਉਹਦੇ ਵਿੱਚ ਸ਼ਾਮਲ ਹੋ ਸਕਦਾ ਸੀ ਮੀਨ ਜਿ ਕਿ ਭਰਤੀ ਵੀ ਹੋ ਸਕਦਾ ਸੀਗਾ ਇਹ ਖੁੱਲੇ ਮੁਕਾਬਲੇ ਦੀ ਸਿਫਾਰਸ਼ ਜਿਹੜੀ ਹੈ ਕਿਹੜੀ ਕਮੇਟੀ ਦੇ ਦੁਆਰਾ ਕੀਤੀ ਗਈ ਸੀ ਸੋ ਇਹ ਕੀਤੀ ਗਈ ਸੀ ਜੀ ਮਕਾਲੇ ਕਮੇਟੀ ਦੀ ਜਿਸ ਦੀ ਜਿਹੜੀ ਹੈ ਸਥਾਪਨਾ ਕੀਤੀ ਸੀ ਲਾਰਡ ਮਕਾਲੇ ਨੇ ਲਾਰਡ ਮਕੱਲੇ ਨੇ ਠੀਕ ਹੈ ਇਸੇ ਨੇ ਸ਼ੁਰੂਆਤ ਕੀਤੀ ਸੀ ਕਿ ਭਾਰਤੀ ਨਾਗਰਿਕਾਂ ਨੂੰ ਵੀ ਉੱਚੇ ਹੁੰਦੇ ਤੇ ਬਰਾਜ਼ਮਾਨ ਕੀਤਾ ਜਾਵੇ ਓਕੇ ਸੋ ਇਹ ਖੁੱਲੀ ਮੁਕਾਬਲੇ ਦੀ ਜਿਹੜੀ ਸਪਾਰਸ਼ ਹੋਈ ਸੀ ਉਹ ਲਾਰਡ ਮਕੱਲੇ ਦੇ ਦੁਬਾਰਾ ਹੋਈ ਸੀ ਜਿਸ ਦਾ ਨਾਮ ਸੀ ਮਕੱਲੇ ਕਮੇਟੀ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਈਸਟ ਇੰਡੀਆ ਕੰਪਨੀ ਦੀਆਂ ਕਾਰਜਕਾਰੀ ਸ਼ਕਤੀਆਂ ਬ੍ਰਿਟਿਸ਼ ਸਰਕਾਰ ਦੇ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਸੀ ਕਿਹੜੇ ਐਕਟ ਦੇ ਦੀਨ ਈਸਟ ਇੰਡੀਆ ਕੰਪਨੀ ਦੀਆਂ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਸੀ ਉਸ ਨੂੰ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤਾ ਗਿਆ ਸੀ ਇਹ ਐਕਟ ਸੀਗਾ ਭਾਰਤ ਸਰਕਾਰ ਕਾਨੂੰਨ 1858 ਠੀਕ ਹੈ ਇੰਡੀਅਨ ਗਵਰਨਮੈਂਟ ਐਕਟ 1858 ਇਸ ਦੇ ਅਧੀਨ ਈਸਟ ਇੰਡੀਆ ਕੰਪਨੀ ਦੀਆਂ ਜਿਹੜੀਆਂ ਵੀ ਕਾਰਜਕਾਰੀ ਸ਼ਕਤੀਆਂ ਸੀ ਉਹ ਸਾਰੀਆਂ ਬ੍ਰਿਟਿਸ਼ ਸਰਕਾਰ ਨੂੰ ਸੌਪ ਦਿੱਤੀਆਂ ਗਈਆਂ ਸੀ ਨੈਕਸਟ ਹੈ ਭਾਰਤ ਸਰਕਾਰ ਕਾਨੂੰਨ 1858 ਦੁਆਰਾ ਕਿਹੜੇ ਆਉਂਦੇ ਦੀ ਸਥਾਪਨਾ ਕੀਤੀ ਗਈ ਸੋ ਇੱਕ ਹੋਰ ਨਵਾਂ ਆ ਗਿਆ ਹੈ ਸੋ ਇਹ ਸੀਗਾ ਜੀ ਵਾਇਸਰਾਏ ਠੀਕ ਹੈ ਧਿਆਨ ਰੱਖਣਾ ਪਹਿਲਾਂ ਬੰਗਾਲ ਦਾ ਗਵਰਨਰ ਜਨਰਲ ਆਇਆ ਫਿਰ ਜਿਹੜਾ ਹੈ ਸੌਰੀ ਪਹਿਲਾਂ ਬੰਗਾਲ ਦਾ ਗਵਰਨਰ ਸੀ ਫਿਰ ਉਸ ਤੋਂ ਬਾਅਦ ਬੰਗਾਲ ਦਾ ਗਵਰਨਰ ਜਨਰਲ ਬਣਿਆ ਫਿਰ ਉਸ ਤੋਂ ਬਾਅਦ ਭਾਰਤ ਦਾ ਗਵਰਨਰ ਜਨਰਲ ਆਇਆ ਫਿਰ ਇਸ ਤੋਂ ਬਾਅਦ ਵਾਇਸਰਾਏ ਠੀਕ ਹੈ ਚਾਰ ਆਉਂਦੇ ਜਿਹੜੇ ਆ ਹੋ ਚੁੱਕੇ ਨੇ ਚਾਰਾਂ ਦੀ ਆਪਾਂ ਐਕਟ ਵੀ ਜਿਹੜੇ ਹੈ ਉਹ ਨਾਲ ਨਾਲ ਅਟੈਚ ਕਰ ਰਹੇ ਹਾਂ ਤਾਂ ਭਾਰਤ ਸਰਕਾਰ ਕਾਨੂੰਨ 1858 ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਵਾਇਸਰਾਏ ਦਾ ਜਿਹੜਾ ਆਉਂਦਾ ਸੀ ਜਾਨੀ ਕਿ ਬ੍ਰਿਟਿਸ਼ ਜਿਹੜਾ ਅਧਿਕਾਰੀ ਹੁੰਦਾ ਸੀ ਉਸ ਨੂੰ ਵਾਇਸਰਾਏ ਕਿਹਾ ਜਾਂਦਾ ਸੀ ਜੋ ਕਿ ਸਭ ਤੋਂ ਉੱਚਾ ਹੁੰਦਾ ਸੀਗਾ ਨੈਕਸਟ ਹੈ ਭਾਰਤ ਸਰਕਾਰ ਕਾਨੂੰਨ 1858 ਦੇ ਦੁਆਰਾ ਕਿਹੜੀਆਂ ਦੋ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ ਕਿ 1858 ਦੇ ਕਾਨੂੰਨ ਦੇ ਅਧੀਨ ਤਾਂ ਦੋ ਸੀਗੀਆਂ ਇੱਕ ਬੋਰਡ ਆਫ ਕੰਟਰੋਲ ਐਂਡ ਦੂਸਰੀ ਸੀਗੀ ਕੋਰਟ ਆਫ ਡਾਇਰੈਕਟਰਸ ਠੀਕ ਹੈ ਇਹ ਵੀ ਭਾਰਤ ਸਰਕਾਰ ਕਾਨੂੰਨ 1858 ਦੇ ਅਧੀਨ ਹੀ ਹੈ ਬੋਰਡ ਆਫ ਕੰਟਰੋਲ ਅਤੇ ਕੋਡ ਆਫ ਕੋਰਟ ਆਫ ਡਾਇਰੈਕਟਰਸ ਨੈਕਸਟ ਹੈ ਸੈਕਟਰੀ ਆਫ ਸਟੇਟ ਦਾ ਆਉਂਦਾ ਕਿਹੜੇ ਕਾਨੂੰਨ ਦੁਆਰਾ ਸਥਾਪਿਤ ਕੀਤਾ ਗਿਆ ਸੀ ਸੈਕਟਰੀ ਆਫ ਸਟੇਟ ਦਾ ਆਉਂਦਾ ਕਿਹੜੇ ਐਕਟ ਦੇ ਅਧੀਨ ਦਿੱਤਾ ਗਿਆ ਸੀ ਭਾਰਤ ਸਰਕਾਰ ਕਾਨੂੰਨ 1858 ਸੋ ਇਸੇ ਦੇ ਅਧੀਨ ਹੀ ਵਾਇਸਰਾਇ ਦਾ ਸੀ ਇਸੇ ਦੇ ਅਧੀਨ ਹੀ ਜਿਹੜਾ ਸੈਕਟਰੀ ਆਫ ਸਟੇਟ ਦਾ ਆਉਂਦਾ ਦਿੱਤਾ ਗਿਆ ਸੀ ਨੈਕਸਟ ਹੈ ਸੈਕਟਰੀ ਆਫ ਸਟੇਟ ਕਿਸ ਦੇ ਸਾਹਮਣੇ ਜ਼ਿੰਮੇਵਾਰ ਹੁੰਦਾ ਸੀ ਯਾਨੀ ਕਿ ਕਿਸ ਨੂੰ ਰਿਸਪੌਂਸੀਬਲ ਹੁੰਦਾ ਸੀ ਵੀ ਕਹਿ ਸਕਦੇ ਆਪਾਂ ਸੋ ਇਹ ਸੀਗਾ ਜੀ ਬ੍ਰਿਟਿਸ਼ ਸੰਸਦ ਨੂੰ ਬ੍ਰਿਟਿਸ਼ ਪਾਰਲੀਮੈਂਟ ਨੂੰ ਜਿਹੜਾ ਹੈ ਜ਼ਿੰਮੇਵਾਰ ਹੁੰਦਾ ਸੀ ਰਿਸਪੌਂਸੀਬਲ ਹੁੰਦਾ ਸੀ ਜਿਹੜਾ ਕਿ ਸੈਕਟਰੀ ਆਫ ਸਟੇਟ ਹੁੰਦਾ ਸੀਗਾ ਨੈਕਸਟ ਹੈ ਇੰਡੀਅਨ ਕਾਉਂਸਲ ਐਕਟ 1881 ਇੰਡੀਅਨ ਕਾਉਂਸਲ ਐਕਟ 1888 ਦੁਆਰਾ ਵਾਇਸਰਾਏ ਨੂੰ ਕਿਹੜੀ ਵਿਸ਼ੇਸ਼ ਸ਼ਕਤੀ ਦਿੱਤੀ ਗਈ ਸੀਗੀ 1881 ਐਕਟ ਦੇ ਅਧੀਨ ਸੋ ਇਸ ਐਕਟ ਦੇ ਅਧੀਨ ਵਾਇਸਰਾਏ ਨੂੰ ਜਿਹੜਾ ਹੈ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਸੀ ਜੋ ਕਿ ਸਾਡੇ ਵਰਤਮਾਨ ਭਾਰਤ ਦੇ ਵਿੱਚ ਵੀ ਲਾਗੂ ਹੈ ਤੇ ਆਰਟੀਕਲ 123 ਦੇ ਵਿੱਚ ਇਸ ਦੀ ਵਿਵਸਥਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਆਰਡੀਨੈਂਸ ਜਾਰੀ ਕਰ ਸਕਦਾ ਹੈ ਇਹ ਵਰਤਮਾਨ ਵੀ ਸਮਾਂ ਹੈ ਠੀਕ ਹੈ ਆਰਟੀਕਲ 123 ਹੈ ਇਹ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹੈ ਬਟ ਇਹ 1881 ਦੇ ਵਿੱਚ ਇੰਡੀਅਨ ਕੌਂਸਲ ਐਕਟ ਦੇ ਅਧੀਨ ਵਾਇਸਰਾਏ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਆਰਡੀਨੈਂਸ ਜਾਰੀ ਕਰ ਸਕਦਾ ਹੈ नैक्सट है वायसराय द्वारा जारी किया गया आर्डेंस किन्ने समय जायज़ हों जा लागू रह सकता स छे महीनों के लिए जो कि वर्तमान समय भी सेम टाइम है अज्जा राष्ट्रपति भी एक सौ तेई नंबर आर्टिकल का इस्तेमाल करते हुए आर्नैस जारी कर सकता है और छे महीनों तक यह लागू रह सकता है नैक्सट है ਕਿਹੜੇ ਐਕਟ ਨੂੰ ਮਿੰਟੋ ਮਾਰਲੇ ਸੁਧਾਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਹੜੇ ਐਕਟ ਨੂੰ ਮਿੰਟੋ ਮਾਰਲੇ ਸੁਧਾਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਹੈ ਇੰਡੀਅਨ ਕੌਂਸਲ ਐਕਟ 1909 ਜਿਹਦੇ ਵਿੱਚ ਮਿੰਟੋ ਦੇ ਦੁਆਰਾ ਮਿੰਟੋ ਮਾਰਲੇ ਦੇ ਦੁਆਰਾ ਕੁਝ ਸਮਾਜ ਸੁਧਾਰ ਦੇ ਕੰਮ ਕੀਤੇ ਗਏ ਸੀ ਉਸੇ ਦੇ ਆਧਾਰ ਦੇ ਉੱਪਰ ਹੀ ਇੰਡੀਅਨ ਕੌਂਸਲ ਐਕਟ 1919 ਦੇ ਨਾਮ ਨਾਲ ਨੌ ਦੇ ਨਾਲ ਜਾਣਿਆ ਜਾਂਦਾ ਹੈ ਨੈਕਸਟ ਹੈ ਇੰਡੀਅਨ ਕੌਂਸਲ ਐਕਟ 1909 ਦੇ ਦੁਆਰਾ ਕੇਂਦਰੀ ਵਿਧਾਨਪ੍ਰਤਿਸ਼ਦ ਦੇ ਮੈਂਬਰਾਂ ਦੀ ਗਿਣਤੀ 16 ਤੋਂ ਵਧਾ ਕੇ ਕਿੰਨੀ ਕਰ ਦਿੱਤੀ ਗਈ ਪਹਿਲਾਂ ਜਿਹੜੀ ਸੀ ਇੰਡੀਅਨ ਕੌਂਸਲ ਐਕਟ ਦੇ ਅਧੀਨ 1909 ਤੋਂ ਪਹਿਲਾਂ ਕੇਂਦਰੀ ਵਿਧਾਨਪ੍ਰਤਿਸ਼ਦ ਦੇ ਮੈਂਬਰਾਂ ਦੀ ਸੰਖਿਆ 16 ਸੀਗੀ ਅਤੇ 1909 ਦੇ ਵਿੱਚ ਇਹ ਕਿੰਨੀ ਕਰ ਦਿੱਤੀ ਗਈ ਸੀ ਇਹ 60 ਕਰ ਦਿੱਤੀ ਗਈ ਸੀ ਜਾਨੀ ਕਿ ਕਾਫੀ ਵਧਾ ਦਿੱਤੀ ਗਈ ਸੀ 60 ਸੀਗੀ ਓਕੇ ਜੀ ਨੈਕਸਟ ਹੈ ਮੌਂਟੇਗੂ ਚੈਂਸਫੋਰਡ ਸੁਧਾਰਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਾਉਂਟੇਗਿਊ ਚੈਂਸਫੋਰਡ ਸੁਧਾਰਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਐਕਟ ਦਾ ਨਾਮ ਹੈ ਜੀ ਭਾਰਤ ਸਰਕਾਰ ਕਾਨੂੰਨ 1919 ਠੀਕ ਹੈ ਇੰਡੀਅਨ ਗਵਰਨਮੈਂਟ ਐਕਟ 1919 ਦੇ ਦੀ ਨੇ ਮੰਨੇ ਜਾਂਦਾ ਹੈ ਕਿਉਂਕਿ ਇਸ ਨੂੰ ਮਾਉਂਟੇਗਿਊ ਚੈਂਸਫੋਰਡ ਨੇ ਲੈ ਕੇ ਆਂਦਾ ਸੀ ਇਸੇ ਕਰਕੇ ਇਸ ਦੇ ਸੁਧਾਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੌਣ ਲੈ ਕੇ ਆਇਆ ਸੀ 1919 ਦਾ ਐਕਟ ਤਾਂ ਮਾਉਂਟੇਗਿਊ ਚੈਂਸਫੋਰਡ ਸੀਗਾ ਇਸੇ ਦੇ ਆਧਾਰ ਤੇ ਹੀ ਇਸ ਤਰ੍ਹਾਂ ਜਿਹੜਾ ਹੈ ਇਹ ਕਾਨੂੰਨ ਬਣਿਆ ਸੀ ਨੈਕਸਟ ਹੈ ਵਾਇਸਰਾਏ ਦੀ ਕਾਰਜਕਾਰੀ ਪ੍ਰੀਸ਼ਦ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀਗਾ ਵਾਇਸਰਾਏ ਦੀ ਕਾਰਜਕਾਰੀ ਪ੍ਰੀਸ਼ਦ ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਕੌਣ ਸੀ ਤਾਂ ਇਹਦੇ ਵਿੱਚ ਸ਼ਾਮਲ ਸੀਗਾ ਜੀ ਸਤਿੰਦਰ ਪ੍ਰਸ਼ਾਦ ਸਨੇਹਾ ਸਤਿੰਦਰ ਪ੍ਰਸ਼ਾਦ ਸਨੇਹਾ ਸੀਗੇ ਜਿਹੜੇ ਵਾਇਸਰਾਏ ਕਾਰਜਕਾਰੀ ਦੀ ਪ੍ਰੀਸ਼ਦ ਦੇ ਵਿੱਚ ਭਰਤੀ ਹੋਣ ਵਾਲੇ ਪਹਿਲੇ ਭਾਰਤੀ ਨੈਕਸਟ ਹੈ ਕਿਹੜੇ ਐਕਟ ਦੇ ਦੁਆਰਾ ਮੁਸਲਮਾਨਾਂ ਦੇ ਲਈ ਸੰਪਰਦਾਇਕ ਆਧਾਰ ਤੇ ਚੋਣ ਖੇਤਰਾਂ ਦਾ ਨਿਰਮਾਣ ਕੀਤਾ ਗਿਆ ਸੀ ਕਿਹੜੇ ਐਕਟ ਦੇ ਅਧੀਨ ਮੁਸਲਮਾਨਾਂ ਦੇ ਲਈ ਸਮprਦਾਇਕ ਆਧਾਰ ਤੇ ਚੋਣ ਖੇਤਰਾਂ ਦਾ ਨਿਰਮਾਣ ਕੀਤਾ ਗਿਆ ਸੀ ਸੋ ਇਹ ਸੀਗਾ ਜੀ ਇੰਡੀਅਨ ਕੌਂਸਲ ਐਕਟ 1909 ਇਸ ਐਕਟ ਦੇ ਅਧੀਨ ਮੁਸਲਮਾਨਾਂ ਨੂੰ ਅਲੱਗ ਤੋਂ ਜਿਹੜਾ ਹੈ ਇੱਕ ਕਮਿਊਨਿਟੀ ਦੇ ਆਧਾਰ ਬਣਾ ਕੇ ਚੋਣ ਖੇਤਰ ਬਣਾਇਆ ਗਿਆ ਸੀ ਤਾਂ ਕਿ ਮੁਸਲਮਾਨਾਂ ਦੀ ਅਲੱਗ ਤੋਂ ਵੋਟਾਂ ਪਵਾਈਆਂ ਜਾ ਸਕਣ ਹਿੰਦੂਆਂ ਦੀ ਅਲੱਗ ਪਵਾਈਆਂ ਜਾ ਸਕਣ ਮੀਨਜ਼ ਕਿ ਉਹਨਾਂ ਦੇ ਵਿੱਚ ਫੁੱਟ ਪਾਉਣ ਵਾਲਾ ਕੰਮ ਸੀਗਾ ਵੰਡ ਕਰਨ ਦਾ ਜਿਹੜਾ ਉਦੇਸ਼ ਸੀਗਾ ਨੈਕਸਟ ਹੈ ਕਿਹਦੇ ਕਾਨੂੰਨ ਦੁਆਰਾ ਦੋਹਰੇ ਸ਼ਾਸਨ ਪ੍ਰਣਾਲੀ ਆਰੰਭ ਕੀਤੀ ਗਈ ਕਿਹੜੇ ਸ਼ਾਸਨ ਕਿਹੜੇ ਕਾਨੂੰਨ ਦੁਆਰਾ ਦੋਹਰੇ ਸ਼ਾਸਨ ਪ੍ਰਣਾਲੀ ਦੋਹਰੇ ਸ਼ਾਸਨ ਪ੍ਰਣਾਲੀ ਦਾ ਮਤਲਬ ਕਿ ਇੱਕ ਭਾਰਤ ਸਰਕਾਰ ਚਲਾਉਂਦੀ ਸੀ ਤੇ ਦੂਸਰੀ ਬ੍ਰਿਟਿਸ਼ ਸਰਕਾਰ ਜਿਹੜੀ ਹੈ ਉਹ ਕਾਨੂੰਨ ਚਲਾਉਂਦੀ ਸੀਗੀ ਏਸੀ ਕਿ ਭਾਰਤ ਸਰਕਾਰ ਕਾਨੂੰਨ 1919 ਦਾ ਐਕਟ ਇਸ ਨੂੰ ਦੋਹਰੇ ਸ਼ਾਸਨ ਪ੍ਰਣਾਲੀ ਦਾ ਜਿਹੜਾ ਆਰੰਭ ਕਰਨ ਦੇ ਲਈ ਮੰਨਿਆ ਜਾਂਦਾ ਹੈ 1919 ਦੇ ਐਕਟ ਨੂੰ ਇਹਦੇ ਨਾਲ ਭਾਰਤ ਦੇ ਵਿੱਚ ਦੋਹਰੇ ਸ਼ਾਸਨ ਪ੍ਰਣਾਲੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀਗੀ ਨੈਕਸਟ ਹੈ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਤਾਂ 1926 ਦੇ ਵਿੱਚ ਭਾਰਤ ਦੇ ਵਿੱਚ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਜਿਹੜੇ ਹੈ ਉਹ ਦੀ ਸਥਾਪਨਾ ਕੀਤੀ ਗਈ ਸੀ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ ਮਤਲਬ ਪਬਲਿਕ ਦੇ ਲਈ ਜਿਹੜਾ ਹੈ ਸਰਵਿਸ ਪ੍ਰੋਵਾਈਡ ਕਰਨੀਆਂ ਉਹਦੇ ਲਈ ਜਿਹੜਾ ਹੈ ਕਮਿਸ਼ਨ ਦੀ ਸਥਾਪਨਾ ਹੋਈ ਸੀਗੀ ਤਾਂ ਕਿ ਲੋਕਾਂ ਦਾ ਜਿਹੜਾ ਹੈ ਧਿਆਨ ਰੱਖਿਆ ਜਾਵੇ ਨੈਕਸਟ ਹੈ ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਸੀ ਸੋ ਸਾਈਮਨ ਕਮਿਸ਼ਨ ਕਾਫੀ ਇੰਪੋਰਟੈਂਟ ਹੈ ਔਰ ਇਸ ਦੇ ਨਾਲ ਕੁਝ ਪਰਸਨਲਿਟੀਆਂ ਵੀ ਰਿਲੇਟਡ ਨੇ ਗਿਆ ਓਕੇ ਤਾਂ ਸਾਈਮਨ ਕਮਿਸ਼ਨ ਜਿਹੜਾ ਹੈ 1928 ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਸਭ ਤੋਂ ਪਹਿਲਾਂ ਮੁੰਬਈ ਦੇ ਵਿੱਚ ਆਇਆ ਸੀਗਾ ਅਤੇ ਬਾਅਦ ਦੇ ਵਿੱਚ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕਿੱਥੇ ਆਇਆ ਸੀ ਤਾਂ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਆਇਆ ਸੀਗਾ ਜਿੱਥੇ ਕਿ ਲਾਲਾ ਲਾਜਪਤਰਾ ਜੀ ਨੇ ਇਹਨਾਂ ਦਾ ਵਿਰੋਧ ਕੀਤਾ ਸੀਗਾ ਔਰ ਸਾਈਮਨ ਕਮਿਸ਼ਨ ਦਾ ਵਿਰੋਧ ਦਾ ਕਾਰਨ ਇਹੀ ਸੀਗਾ ਕਿ ਇਹਦੇ ਵਿੱਚ ਕੋਈ ਵੀ ਭਾਰਤੀ ਜਿਹੜਾ ਸ਼ਾਮਲ ਨਹੀਂ ਸੀਗਾ ਇਸੇ ਕਰਕੇ ਭਾਰਤੀਆਂ ਨੇ ਇਸ ਦਾ ਜਿਹੜਾ ਵਿਰੋਧ ਕੀਤਾ ਸੀਗਾ ਓਕੇ ਔਰ ਲਾਲਾ ਰਾਜਪਾਤਰ ਜੀ ਸੀਗੇ ਜਿਹੜੇ ਇਸ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਹੋਏ ਉਹਨਾਂ ਨੂੰ ਛੋਟੀਆਂ ਬਾਜੀਆਂ ਸੀ ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ ਨੈਕਸਟ ਹੈ ਸਾਈਮਨ ਕਮਿਸ਼ਨ ਦੇ ਕਿੰਨੇ ਮੈਂਬਰ ਸੀਗੇ ਸਾਈਮਨ ਕਮਿਸ਼ਨ ਦੇ ਸੱਤ ਮੈਂਬਰ ਸੀ ਅਤੇ ਸੱਤੇ ਦੇ ਸੱਤ ਜਿਹੜੇ ਸੀਗੇ ਇਹ ਬ੍ਰਿਟਿਸ਼ ਅਧਿਕਾਰੀ ਸੀਗੇ ਇਸੇ ਕਰਕੇ ਇਸ ਦਾ ਵਿਰੋਧ ਹੋਇਆ ਸੀ ਨੈਕਸਟ ਹੈ ਸਾਈਮਨ ਕਮਿਸ਼ਨ ਕਿਹੜੇ ਕਾਨੂੰਨ ਦੇ ਵਿਸ਼ਲੇਸ਼ਣ ਦੇ ਲਈ ਨਿਯੁਕਤ ਕੀਤਾ ਗਿਆ ਕਾਨੂੰਨ ਸੀ ਸਾਈਮਨ ਕਮਿਸ਼ਨ ਕਿਹੜੇ ਕਾਨੂੰਨ ਦਾ ਵਿਸ਼ੇਸ਼ਣ ਕਰਨ ਦੇ ਲਈ ਕੀਤਾ ਨਿਯੁਕਤ ਕੀਤਾ ਗਿਆ ਕਾਨੂੰਨ ਸੀਗਾ ਸੋ ਇਹ ਸੀਗਾ ਜੀ ਭਾਰਤ ਸਰਕਾਰ ਕਾਨੂੰਨ 1919 ਇਸ ਐਕਟ ਦਾ ਜਿਹੜਾ ਹੈ ਵਿਸ਼ਲੇਸ਼ਣ ਕਰਨ ਦੇ ਲਈ ਐਨਲਾਈਜ਼ ਕਰਨ ਦੇ ਲਈ ਜਿਹੜਾ ਹੈ ਸਾਈਮਨ ਕਮਿਸ਼ਨ ਨੂੰ ਭਾਰਤ ਬੁਲਾਇਆ ਗਿਆ ਸੀਗਾ ਇਸ ਦਾ ਜਿਹੜਾ ਮੇਨ ਲੀਡਰ ਸੀਗਾ ਉਹ ਸਮੋਨ ਸਾਈਮਨ ਸੀਗਾ ਠੀਕ ਹੈ ਜਿਹਦੇ ਆਧਾਰ ਦੇ ਉੱਪਰ ਇਸ ਦਾ ਨਾਮ ਸਾਈਮਨ ਕਮਿਸ਼ਨ ਪਿਆ ਗਿਆ ਸੀਗਾ ਨੈਕਸਟ ਹੈ ਬ੍ਰਿਟਿਸ਼ ਸਰਕਾਰ ਦੁਆਰਾ ਕਿੰਨੀਆਂ ਗੋਲ ਮੇਜ਼ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਬ੍ਰਿਟਿਸ਼ ਸਰਕਾਰ ਦੇ ਦੁਆਰਾ ਕਿੰਨੀਆਂ ਗੋਲ ਮੇਜ਼ ਕਾਨਫਰੰਸਾਂ ਦਾ ਆਯੋਜਨ ਕੀਤਾ ਗਿਆ ਸੋ ਤਿੰਨ ਜਿਹੜੀਆਂ ਗੋਲ ਮੇਜ਼ ਕਾਨਫਰੰਸ ਸੀਗੀਆਂ ਜਿਦੇ ਵਿੱਚ ਸਾਡੀ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਆ ਉਹ ਪਾਰਟਿਸਪੇਟ ਕਰਦੀ ਹੁੰਦੀ ਸੀ ਉਹਦੇ ਮੈਂਬਰ ਪਾਰਟਿਸਪੇਟ ਕਰਦੇ ਹੁੰਦੇ ਸੀ ਉਹਦੀਆਂ ਤਿੰਨ ਗੋਲ ਮੇਜ਼ ਕਾਨਫਰੰਸ ਦੇ ਵਿੱਚ ਭਾਗ ਲਿਆ ਸੀਗਾ ਨੈਕਸਟ ਹੈ ਗੋਲ ਮੇਜ ਕਾਨਫਰੰਸ ਦਾ ਆਯੋਜਨ ਕਿਉਂ ਕੀਤਾ ਗਿਆ ਸੋ ਕਿਉਂ ਕਰਵਾਈਆਂ ਜਾਂਦੀਆਂ ਸੀ ਸੋ ਇਹਦਾ ਮੇਨ ਮੋਟਿਵ ਸੀਗਾ ਸਾਈਮਨ ਕਮਿਸ਼ਨ ਦੇ ਸੁਝਾਵਾਂ ਤੇ ਵਿਚਾਰ ਕਰਨ ਦੇ ਲਈ ਸਾਈਮਨ ਕਮਿਸ਼ਨ ਆਇਆ ਸੀ 1928 ਦੇ ਵਿੱਚ ਉਸ ਦੇ ਲਈ ਸੁਝਾਅ ਦੇਣ ਅਤੇ ਉਹਦੇ ਉੱਪਰ ਵਿਚਾਰ ਕਰਨ ਦੇ ਲਈ ਗੋਲ ਮੇਜ ਕਾਨਫਰੰਸਾਂ ਜਿਹੜੀਆਂ ਉਹ ਬੁਲਾਈਆਂ ਗਈਆਂ ਸੀਗੀਆਂ ਨੈਕਸਟ ਹੈ ਕਿਹੜੇ ਕਾਨੂੰਨ ਦੇ ਦੁਆਰਾ ਕੇਂਦਰ ਰਾਜ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਲਈ ਸੂਚੀਆਂ ਦਾ ਨਿਰਮਾਣ ਕੀਤਾ ਗਿਆ ਕਿਹੜੇ ਕਾਨੂੰਨ ਦੇ ਦੁਆਰਾ ਕੇਂਦਰ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਦੇ ਲਈ ਸੂਚੀਆਂ ਦਾ ਨਿਰਮਾਣ ਕੀਤਾ ਗਿਆ ਇਹ ਸੀਗਾ ਜੀ ਭਾਰਤ ਸਰਕਾਰ ਕਾਨੂੰਨ 1935 ਅਤੇ ਇਹ ਵੀ ਯਾਦ ਰੱਖਣਾ ਕਿ ਭਾਰਤ ਸਰਕਾਰ 1935 ਵਾਲਾ ਜਿਹੜਾ ਕੁਐਸਚਨ ਹੈ ਕਿ 1935 ਦਾ ਐਕਟ ਹੀ ਸਭ ਤੋਂ ਵੱਧ ਰਿਸਪੌਂਸੀਬਲ ਹੈ ਸਾਡੇ ਕਨਸਟੀਟਿਊਸ਼ਨ ਨੂੰ ਨਿਰਮਾਣ ਕਰਨ ਲਈ ਸਭ ਤੋਂ ਵੱਧ ਪ੍ਰਭਾਵ ਇਸੇ ਐਕਟ ਦਾ ਹੀ ਪਿਆ ਸੀਗਾ ਓਕੇ ਇਹ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਹੈ ਸੋ ਇਸ ਨੂੰ ਤੁਸੀਂ ਯਾਦ ਰੱਖਣਾ ਨੈਕਸਟ ਹੈ ਦੇਸ਼ ਦੇ ਵਿੱਚ ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਆਪਤਕਾਲੀਨ ਕੋਸ਼ਤ ਕੀਤਾ ਜਾ ਚੁੱਕਿਆ ਹੈ ਸੋ ਤਿੰਨ ਬਾਰ ਜਿਹੜਾ ਹੈ ਸੋ ਸ਼ਾਇਦ ਇਹ ਕੁਐਸਚਨ ਕੱਲ ਵੱਲ ਅਹੀ ਰਿਪੀਟ ਰਹਿ ਗਿਆ ਹੈ ਐਡ ਨਹੀਂ ਹੋ ਪਿਆ ਕਿਉਂਕਿ ਆਪਾਂ ਕੱਲ ਇਹ ਡਿਸਕਸ ਕੀਤਾ ਸੀਗਾ ਓਕੇ 352 ਜਿਹੜਾ ਹੈ ਇਹ ਤਿੰਨ ਬਾਰ ਲਾਗੂ ਹੋਇਆ ਹੈ 356 ਜਿਹੜਾ ਹੈ ਉਹ 121 ਬਾਰ ਲਾਗੂ ਹੋਇਆ ਹੈਗਾ ਅਤੇ ਜਿਹੜਾ 360 ਹੈ ਉਹ ਇੱਕ ਵਾਰ ਵੀ ਲਾਗੂ ਨਹੀਂ ਹੋਇਆ ਜਿਸ ਨੂੰ ਕਿ ਅਸੀਂ ਵਿੱਤੀ ਸੰਕਟ ਦੇ ਨਾਮ ਨਾਲ ਜਾਣਦੇ ਹਾਂ ਨੈਕਸਟ ਹੈ ਭਾਰਤ ਸਰਕਾਰ ਕਾਨੂੰਨ 1935 ਦੁਆਰਾ ਕਿੰਨੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਨੇ ਭਾਰਤ ਸਰਕਾਰ ਕਾਨੂੰਨ 1935 ਦੇ ਦੁਆਰਾ ਕਿੰਨੀਆਂ ਸੂਚੀਆਂ ਸ਼ਾਮਲ ਕੀਤੀਆਂ ਗਈਆਂ ਨੇ ਤਾਂ ਉਹਦੇ ਅਧੀਨ ਤਿੰਨ ਸੂਚੀਆਂ ਸ਼ਾਮਲ ਕੀਤੀਆਂ ਗਈਆਂ ਸੀ ਇੱਕ ਸੰਘ ਸੂਚੀ ਜਿਹਨੂੰ ਯੂਨੀਅਨ ਲਿਸਟ ਕਿਹਾ ਜਾਂਦਾ ਸੀ ਦੂਸਰੀ ਸਟੇਟ ਲਿਸਟ ਸੂਚੀ ਸੀਗਾ ਜਿਹਨੂੰ ਰਾਜ ਸੂਚੀ ਕਿਹਾ ਜਾਂਦਾ ਹੈ ਤੀਸਰੀ ਸੰਵਰਤੀ ਸੂਚੀ ਜਿਹਨੂੰ ਕੰਕਰੀਟਸ ਸੂਚੀ ਜਿਹੜਾ ਕਿਹਾ ਜਾਂਦਾ ਸੀਗਾ ਓਕੇ ਸੰਘ ਸੂਚੀ ਜਿਹੜੀ ਸੀਗੀ ਇਹ ਉਹ ਸੂਚੀ ਸੀਗੀ ਜਿਹਦੇ ਉੱਪਰ ਸੈਂਟਰ ਗਵਰਨਮੈਂਟ ਜਿਹੜੀ ਹੈ ਕਾਨੂੰਨ ਬਣਾਉਂਦੀ ਹੈ ਅਤੇ ਰਾਜ ਸੂਚੀ ਉਹ ਹੈ ਜਿਸ ਦੇ ਉੱਪਰ ਰਾਜ ਸਰਕਾਰ ਕਾਨੂੰਨ ਬਣਾਉਂਦੀ ਹੈ ਅਤੇ ਸਮਵਰਤੀ ਸੂਚੀ ਉਹ ਹੈ ਜਿਸ ਦੇ ਉੱਪਰ ਸੈਂਟਰ ਸਰਕਾਰ ਸੈਂਟਰ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਦੋਨੋਂ ਹੀ ਮਿਲ ਕੇ ਕਾਨੂੰਨ ਬਣਾ ਸਕਦੀਆਂ ਨੇਗੀਆਂ ਨੈਕਸਟ ਹੈ ਕ੍ਰਿਪਸ ਮਿਸ਼ਨ ਕਦੋਂ ਭਾਰਤ ਆਇਆ ਤਕ੍ਰਿਪਸ ਮਿਸ਼ਨ ਜਿਹੜਾ ਹੈ ਮਾਰਚ 1942 ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਜਿਹਦਾ ਮੇਨ ਮਕਸਦ ਸੀਗਾ ਸੰਵਿਧਾਨ ਦੇ ਲਈ ਕੁਝ ਕ੍ਰਾਈਟੇਰੀਆ ਜਿਹੜਾ ਹੈ ਉਹ ਤਿਆਰ ਕਰਨਾ ਨੈਕਸਟ ਹੈ ਕੈਬਨਟ ਮਿਸ਼ਨ ਕਦੋਂ ਆਪਾਰਤਾ ਆ ਤਾਂ ਕੈਬਨਟ ਮਿਸ਼ਨ ਸੀਗਾ ਜਿਹੜਾ ਉਹ ਫਰਵਰੀ 1946 ਦੇ ਵਿੱਚ ਆਇਆ ਸੀ ਕ੍ਰਿਪਸ ਮਿਸ਼ਨ ਸਾਈਮਨ ਕਮਿਸ਼ਨ ਕੈਬਨਟ ਮਿਸ਼ਨ ਇਹਨਾਂ ਦੀ ਡੇਟ ਜ਼ਰੂਰ ਯਾਦ ਰੱਖਣਾ ਕਿ ਕਿਹੜੇ ਸਾਲ ਇਹ ਆਏ ਸੀ ਕੈਬਨਟ ਮਿਸ਼ਨ ਸੀਗਾ ਜਿਹੜਾ ਇਹ ਫਰਵਰੀ 1946 ਦੇ ਵਿੱਚ ਆਇਆ ਸੀ ਸੋ ਇਹਦਾ ਵੀ ਮੇਨ ਮੋਟਿਵ ਸੀਗਾ ਜਿਹੜਾ ਉਹ ਸੰਵਿਧਾਨ ਸਭਾ ਦੇ ਲਈ ਹੀ ਸੀਗਾ ਡੈਕਸ ਹੈ ਸੰਵਿਧਾਨ ਸਭਾ ਦਾ ਗਠਨ ਕਿਸ ਦੇ ਸੁਝਾਤੇ ਕੀਤਾ ਗਿਆ ਸੀ ਤਾਂ ਕੈਬਨਟ ਮਿਸ਼ਨ ਦੇ ਸੁਝਾਤੇ ਕੀਤਾ ਗਿਆ ਸੀ ਕੈਬਨਟ ਮਿਸ਼ਨ ਤੇ ਜੋ ਕਿ 1946 ਦੇ ਵਿੱਚ ਆਇਆ ਸੀ ਇਹ ਵਾਲਾ ਫਰਵਰੀ 1946 ਦੇ ਵਿੱਚ ਆਇਆ ਸੀ ਇਸ ਦੇ ਸੁਝਾਅ ਦੇ ਉੱਪਰ ਕੀਤਾ ਗਿਆ ਸੀਗਾ ਸੰਵਿਧਾਨ ਸਭਾ ਦਾ ਗਠਨ ਕਨਸਟੀਟਿਊਸ਼ਨ ਅਸੈਂਬਲੀ ਦਾ ਨੈਕਸਟ ਹੈ ਸੰਵਿਧਾਨ ਦੀ ਦੂਜੀ ਅਨੁਸੂਚੀ ਵਿੱਚ ਕਿਸ ਦਾ ਵਰਣਨ ਮਿਲਦਾ ਹੈ ਸੰਵਿਧਾਨ ਦੀ ਦੂਜੀ ਅਨੁਸੂਚੀ ਦੇ ਵਿੱਚ ਕਿਸ ਦਾ ਵਰਣਨ ਮਿਲਦਾ ਹੈ ਅਗਰ ਅਸੀਂ ਸ਼ੈਡਿਊਲ ਦੀ ਗੱਲ ਕਰੀਏ ਅਨੁਸੂਚੀ ਦੀ ਗੱਲ ਕਰੀਏ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਜਦੋਂ ਲਾਗੂ ਹੋਇਆ ਸੀ ਉਸ ਸਮੇਂ 8 ਸੀ ਅਤੇ ਪ੍ਰੈਜ਼ੈਂਟ ਦੇ ਵਿੱਚ ਇਹਨਾਂ ਦੀ ਸੰਖਿਆ ਜਿਹੜੀ ਹੈ ਉਹ 12 ਹੈਗੀ ਹੈ 12 ਸੂਚੀਆਂ ਨੇ ਉਹਦੇ ਵਿੱਚੋਂ ਦੂਜੀ ਸੂਚੀ ਜਿਹੜੀ ਹੈ ਅਨੁਸੂਚੀ ਜਿਹੜੀ ਹੈ ਉਸ ਦੇ ਵਿੱਚ ਕਿਸ ਚੀਜ਼ ਦਾ ਵਰਣਨ ਕੀਤਾ ਗਿਆ ਹੈ ਉਪਰਾਸ਼ਟਰਪਤੀ ਦਾ ਲੋਕ ਸਭਾ ਦੇ ਸਪੀਕਰ ਦਾ ਕੰਟਰੋਲਰ ਅਤੇ ਐਡੀਟਰ ਜਨਰਲ ਦਾ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦਾ ਜਿਹੜਾ ਵਰਣਨ ਮਿਲਦਾ ਹੈ ਸੰਵਿਧਾਨ ਦੀ ਦੂਜੀ ਅਨੁਸੂਚੀ ਦੇ ਵਿੱਚ ਨੈਕਸਟ ਹੈ ਸੰਵਿਧਾਨ ਦੀ ਤੀਜੀ ਅਨੁਸੂਚੀ ਦੇ ਵਿੱਚ ਕਿਸ ਦਾ ਜ਼ਿਕਰ ਮਿਲਦਾ ਹੈ ਤਾਂ ਸੰਵਿਧਾਨ ਦੀ ਤੀਜੀ ਅਨੁਸੂਚੀ ਦੇ ਵਿੱਚ ਜ਼ਿਕਰ ਮਿਲਦਾ ਹੈ ਕੇਂਦਰੀ ਮੰਤਰੀਆਂ ਦਾ ਅਤੇ ਜੱਜਾਂ ਦੇ ਸੌ ਨਾਲ ਸੰਬੰਧਿਤ ਕਿ ਕੇਂਦਰੀ ਮੰਤਰੀਆਂ ਨੂੰ ਸੌ ਕੌਣ ਚੁਕਾਏਗਾ ਜੱਜਾਂ ਨੂੰ ਸੌ ਕੌਣ ਚੁਕਾਏਗਾ ਇਹ ਸਾਰਾ ਕੁਝ ਜਿਹੜਾ ਹੈ ਤੀਜੀ ਅਨੁਸੂਚੀ ਦੇ ਵਿੱਚ ਦਰਜ ਹੈਗਾਗਾ ਨੈਕਸਟ ਹੈ ਰਾਜ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਦਾ ਵਰਣਨ ਕਿਹੜੀ ਸੂਚੀ ਦੇ ਵਿੱਚ ਕੀਤਾ ਗਿਆ ਹੈ ਕਿ ਕਿੰਨੀਆਂ-ਕਿੰਨੀਆਂ ਹੋਣੀਆਂ ਚਾਹੀਨੀਆਂ ਚਾਹੀਨ ਹੈਗੀਆਂ ਤਾਂ ਹੈਗੀ ਹੈ ਜੀ ਚੌਥੀ ਸੂਚੀ ਚੌਥੀ ਸੂਚੀ ਦੇ ਵਿੱਚ ਰਾਜ ਸਭਾ ਤੇ ਲੋਕ ਸਭਾ ਦੀ ਜਿਹੜੀਆਂ ਸ਼ੀਟਾਂ ਨੇ ਉਹਦਾ ਵਰਣਨ ਕੀਤਾ ਗਿਆ ਹੈ ਰਾਜ ਸਭਾ ਦੀਆਂ 250 ਸ਼ੀਟਾਂ ਨੇ ਵੱਧ ਤੋਂ ਵੱਧ ਓਕੇ ਅਗਰ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ 245 ਹੈਗੀਆਂ ਨੇ ਗਿਆ ਸ਼ੀਟਾਂ ਅਤੇ ਲੋਕ ਸਭਾ ਦੀਆਂ ਜਿਹੜੀਆਂ ਸ਼ੀਟਾਂ ਨੇ ਉਹ 500 ਪਹਿਲਾਂ 552 ਹੁੰਦੀਆਂ ਸੀਗੀਆਂ ਵੱਧ ਤੋਂ ਵੱਧ ਠੀਕ ਹੈ ਔਰ ਵਰਤਮਾਨ ਸਮੇਂ ਇਹ ਵੱਧ ਤੋਂ ਵੱਧ 550 ਨੇਗੀਆਂ 550 ਕਹਿ ਸਕਦੇ ਆਪਾਂ ਔਰ ਇਹਦੀ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਪ੍ਰੈਜ਼ੈਂਟ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਸੰਖਿਆ 543 ਹੈਗੀ ਹੈਗੀ 543 ਹੈਗੀ ਹੈਗੀ 543 ਇਸ ਕਰਕੇ ਆ ਕਿਉਂਕਿ ਜਿਹੜੇ 52 ਵਾਲੇ ਮੈਂਬਰ ਸੀਗੇ ਦੋ ਜਿਹੜੇ ਕਿ ਰਾਸ਼ਟਰਪਤੀ ਦੇ ਦੁਆਰਾ ਚੁਣੇ ਜਾਂਦੇ ਸੀ ਉਹਨਾਂ ਦਾ ਆਉਂਦਾ ਖਤਮ ਕਰ ਦਿੱਤਾ ਗਿਆ ਹੈ ਦੋ ਮੈਂਬਰ ਜਿਹੜੇ ਐਂਗਲੋ ਇੰਡੀਅਨ ਵਾਲੇ ਸੀਗੇ ਠੀਕ ਹੈ 20 ਜਨਵਰੀ 2020 ਦੇ ਵਿੱਚ ਜਿਹੜਾ ਹੈ ਇਹ ਆਉਂਦਾ ਖਤਮ ਕਰ ਦਿੱਤਾ ਹੈ ਹੁਣ ਰਾਸ਼ਟਰਪਤੀ ਜਿਹੜਾ ਹੈ ਰਾਜ ਸਭਾ ਦੇ ਵਿੱਚ ਦੋ ਮੈਂਬਰ ਐਂਗਲੋ ਇੰਡੀਅਨ ਨਹੀਂ ਚਾਹੁੰਦਾ ਇਸ ਕਰਕੇ 550 ਵੱਧ ਤੋਂ ਵੱਧ ਮੈਂਬਰ ਨੇਗੇ ਅਤੇ ਵਰਤਮਾਨ ਸਮੇ 543 ਮੈਂਬਰ ਨੇਗੇ ਨੈਕਸਟ ਹੈ ਸੰਵਿਧਾਨ ਦੀ 5ਵੀਂ ਅਨੁਸੂਚੀ ਕਿਸ ਨਾਲ ਸੰਬੰਧਿਤ ਹੈ ਤਾਂ ਸੰਵਿਧਾਨ ਦੀ 5ਵੀਂ ਅਨੁਸੂਚੀ ਸੰਬੰਧਿਤ ਹੈ ਜੀ ਖੇਤਰਾਂ ਦੇ ਅਨੁਸੂਚਿਤ ਖੇਤਰਾਂ ਦੇ ਪ੍ਰਬੰਧ ਸੰਬੰਧੀ ਯਾਨੀ ਕਿ ਅਨੁਸੂਚਿਤ ਜਿਹੜੇ ਖੇਤਰ ਨੇ ਸ਼ੈਡਿਊਲ ਕਾਸਟ ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰਬੰਧ ਨੂੰ ਲੈ ਕੇ ਹੈ ਨੈਕਸਟ ਹੈ 6ਵੀਂ ਅਨੁਸੂਚੀ ਕਿਸ ਨਾਲ ਸੰਬੰਧਿਤ ਹੈ 6ਵੀਂ ਅਨੁਸੂਚੀ ਸੰਬੰਧਿਤ ਹੈ ਜੀ ਅਸਾਮ ਦੇ ਨਾਲ ਮਘਿਆਲੇ ਮਜੋਰਮ ਤ੍ਰਿਪੁਰਾ ਅਰਨਾਚਲ ਪ੍ਰਦੇਸ਼ ਇਹਨਾਂ ਦੇ ਅਨੁਸੂਚਿਤ ਕਬੀਲੇ ਜਿਹੜੇ ਹੈਗੇ ਨੇ ਅਤੇ ਇਲਾਕੇ ਹੈਗੇ ਨੇ ਉਹਨਾਂ ਦੇ ਪ੍ਰਬੰਧ ਨੂੰ ਲੈ ਕੇ ਹੈ ਧਿਆਨ ਰੱਖਣਾ ਪੰਜਵੀਂ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧਤ ਹੈ ਛੇਵੀਂ ਜਿਹੜੀ ਹੈ ਅਸਾਮ ਦੇ ਵਿੱਚ ਜਿਹੜੇ ਕਬੀਲੇ ਪਾਏ ਜਾਂਦੇ ਨੇ ਸ਼ੈਡਿਊਲ ਟ੍ਰਾਈਬਸ ਜਿਹੜੀਆਂ ਪਾਏ ਜਾਂਦੇ ਨੇ ਉਹਨਾਂ ਦੇ ਸੰਬੰਧੀ ਪ੍ਰਬੰਧ ਕਰਨ ਦੇ ਲਈ ਹੈ ਨੈਕਸਟ ਹੈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਕਿਹੜੀ ਅਨੁਸੂਚੀ ਦੇ ਵਿੱਚ ਕੀਤੀ ਗਈ ਹੈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਸ਼ਕਤੀਆਂ ਦੀ ਵੰਡ ਕਿਹੜੀ ਅਨੁਸੂਚੀ ਦੇ ਵਿੱਚ ਹੈ ਤਾਂ ਸੱਤਵੀਂ ਅਨੁਸੂਚੀ ਦੇ ਵਿੱਚ ਵੰਡ ਕੀਤੀ ਗਈ ਹੈ ਨੈਕਸਟ ਹੈ 8ਵੀਂ ਅਨੁਸੂਚੀ 8ਵੀਂ ਅਨੁਸੂਚੀ ਦਾ ਸਬੰਧ ਕਿਸ ਨਾਲ ਹੈ ਤਾਂ 8ਵੀਂ ਅਨੁਸੂਚੀ ਸਾਡੇ ਭਾਸ਼ਾਵਾਂ ਦੇ ਨਾਲ ਸੰਬੰਧਿਤ ਹੈ ਕਿ ਭਾਰਤ ਦੇ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਹੋਣੀਆਂ ਕਿੰਨੀਆਂ ਹੋਣੀਆਂ ਕਿੰਨੀਆਂ ਨੂੰ ਮਾਨਤਾ ਦਿੱਤੀ ਗਈ ਹੈ ਇਹ ਸਭ ਕੁਝ ਹੈ ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਸੰਵਿਧਾਨ ਦੇ ਅਨੁਸਾਰ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਤਾਂ 22 ਭਾਸ਼ਾਵਾਂ ਨੂੰ ਜਿਹੜੀ ਹੈ ਮਾਨਤਾ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਅੱਠ ਪਛਾਵਾਂ 6 ਪਛਾਵਾਂ ਜਿਹੜੀਆਂ ਨੇ ਉਹ ਕਲਾਸਿਕਲ ਆਉਂਦੀਆਂ ਹੈਗੀਆਂ ਨਹੀਂ ਗੀਆਂ ਕਲਾਸਿਕਲ ਪਛਾਵਾਂ ਨਹੀਂ ਗੀਆਂ ਠੀਕ ਹੈ ਅਤੇ 22 ਪਛਾਵਾਂ ਜਿਹੜੀਆਂ ਉਹਨਾਂ ਨੂੰ ਮਾਨਤਾ ਪ੍ਰਾਪਤ ਹੈਗੀ ਹੈਗੀ ਔਰ ਇਹ ਮਾਨਤਾ ਜਿਹੜੀ ਪ੍ਰਾਪਤ ਹੈ ਉਹਨਾਂ ਨੂੰ 8ਵੀਂ ਅਨੁਸੂਚੀ ਦੇ ਵਿੱਚ ਹੈ ਨੈਕਸਟ ਹੈ 46 ਨੰਬਰ ਸੰਵਿਧਾਨ ਦੀ ਕਿਹੜੀ ਸੂਚੀ ਰਾਜ ਵਿਧਾਨ ਸਭਾ ਦੇ ਭੂਮੀ ਸੁਧਾਰਾਂ ਨਾਲ ਸੰਬੰਧਿਤ ਕਾਨੂੰਨਾਂ ਨਾਲ ਸੰਬੰਧਿਤ ਹੈ ਭਾਰਤੀ ਸੰਵਿਧਾਨ ਦੀ ਕਿਹੜੀ ਸੂਚੀ ਰਾਜ ਵਿਧਾਨ ਸਭਾ ਦੀ ਭੂਮੀ ਸੁਧਾਰਾਂ ਨਾਲ ਸੰਬੰਧਿਤ ਕਾਨੂੰਨਾਂ ਨਾਲ ਸੰਬੰਧਿਤ ਹੈ ਸੋ ਇਹ ਹੈ ਜੀ ਨੌਮੀ ਅਨੁਸੂਚੀ ਜਿਦੇ ਵਿੱਚ ਭੂਮੀ ਸੁਧਾਰ ਨਾਲ ਸੰਬੰਧਤ ਕਾਨੂੰਨ ਸੀਗੇ ਭੂਮੀ ਸੁਧਾਰ ਨਾਲ ਨੈਕਸਟ ਹੈ ਸ਼ਹਿਰੀ ਸਥਾਨਿਕ ਪ੍ਰਬੰਧ ਕਿੰਨੇ ਪੱਧਰ ਦਾ ਹੈ ਸ਼ਹਿਰ ਦੇ ਵਿੱਚ ਜਿਹੜਾ ਲੋਕਲ ਗਵਰਨਮੈਂਟ ਹੁੰਦੀ ਹੈ ਉਹ ਕਿੰਨੇ ਲੈਵਲ ਦਾ ਹੈ ਤੇ ਇਹਦੇ ਵਿੱਚ ਤਿੰਨ ਪੱਧਰ ਹੁੰਦੇ ਨੇ ਇੱਕ ਨਗਰਪੰਚਾਇਤ ਹੁੰਦੀ ਹੈ ਇੱਕ ਨਗਰਪਾਲਿਕਾ ਹੁੰਦੀ ਹੈ ਅਤੇ ਨਗਰ ਨਿਗਮ ਹੁੰਦੀ ਹੈ ਨਗਰਪੰਚਾਇਤ ਜਿਹੜੇ ਛੋਟੇ ਜਿਹੇ ਪਿੰਡ ਹੁੰਦੇ ਨੇ ਬਟ ਸ਼ਹਿਰ ਦੇ ਵਿੱਚ ਤਬਦੀਲ ਹੋ ਚੁੱਕੇ ਹੁੰਦੇ ਨੇ ਦੂਸਰੀ ਨਗਰਪਾਲਿਕਾ ਜਿਹੜੇ ਕਿ ਸ਼ਹਿਰ ਬਣ ਚੁੱਕੇ ਹੈਗੇ ਨੇ ਤੇ ਕਾਫੀ ਪੁਰਾਣੇ ਹੈਗੇ ਨੇਗੇ ਔਰ ਤੀਸਰੀ ਹੈ ਨਗਰ ਨਿਗਮ ਜਿੱਥੇ ਕਿ ਬਹੁਤ ਜ਼ਿਆਦਾ ਪੋਪੂਲੇਸ਼ਨ ਪਾਈ ਜਾਂਦੀ ਹੈ ਮੀਨਸ 10 ਲੱਖ ਤੋਂ ਵੱਧ ਸੋ ਅਗਲਾ ਹੈ ਪਿੰਡ ਤੋਂ ਸ਼ਹਿਰੀ ਖੇਤਰ ਤੋਂ ਬਦਲਨ ਰਹੀਆਂ ਥਾਮਾ ਤੋਂ ਥਾਮਾ ਤੋਂ ਸ਼ਹਿਰੀ ਸਥਾਨਕ ਪ੍ਰਬੰਧਕੀ ਕਿਹੜੀ ਇਕਾਈ ਸਥਾਪਿਤ ਕੀਤੀ ਜਾਂਦੀ ਹੈ ਸੋ ਜਿਹੜਾ ਖੇਤਰ ਪਹਿਲਾਂ ਪਿੰਡ ਸੀ ਹੁਣ ਸ਼ਹਿਰ ਦੇ ਵਿੱਚ ਤਬਦੀਲ ਹੋ ਗਿਆ ਉੱਥੇ ਕਿਹੜੀ ਸ਼ਾਸਨ ਪ੍ਰਣਾਲੀ ਚਲਾਈ ਜਾਂਦੀ ਹੈ ਜੋ ਕਿ ਸਥਾਨਕ ਦੇ ਵਿੱਚ ਆਉਂਦੀ ਹੈ ਉਹ ਹੈ ਨਗਰ ਪੰਚਾਇਤ ਜੋ ਪਹਿਲਾਂ ਹੀ ਦੱਸ ਚੁੱਕੇ ਆ ਨਗਰ ਪੰਚਾਇਤ ਜਿਹੜੀ ਹੈ ਉਹ ਹੁੰਦੀ ਹੈ ਜਿਹੜਾ ਕਿ ਪਹਿਲਾਂ ਪਿੰਡ ਸੀਗਾ ਬਾਅਦ ਦੇ ਵਿੱਚ ਉਹ ਸ਼ਹਿਰ ਦੇ ਵਿੱਚ ਤਬਦੀਲ ਹੋਣ ਜਾ ਰਿਹਾ ਹੈ ਪਪੂਲੇਸ਼ਨ ਵੱਧ ਰਹੀ ਹੈ ਹੋਰ ਅਰਜੋਗ ਵੱਧ ਰਹੇ ਨੇ ਉੱਥੇ ਨਗਰ ਪੰਚਾਇਤ ਦੀ ਵਿਵਸਥਾ ਕਰ ਦਿੱਤੀ ਜਾਂਦੀ ਹੈ ਨੈਕਸਟ ਹੈ ਸਭ ਤੋਂ ਪਹਿਲੀ ਨਗਰਪਾਲਿਕਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਤਾਂ ਸਭ ਤੋਂ ਪਹਿਲੀ ਨਗਰਪਾਲਿਕਾ ਦੀ ਸਥਾਪਨਾ ਕੀਤੀ ਗਈ ਸੀ ਜੀ ਮਦਰਾਸ ਦੇ ਵਿੱਚ ਚਨਈ ਦੇ ਵਿੱਚ ਸਭ ਤੋਂ ਪਹਿਲੀ ਨਗਰਪਾਲਿਕਾ ਸੀਗੀ ਇਹ ਨੈਕਸਟ ਹੈ ਭਾਰਤ ਆਜ਼ਾਦ ਹੋਣ ਵੇਲੇ ਕਿਹੜੇ ਤਿੰਨ ਸ਼ਹਿਰਾਂ ਦੇ ਵਿੱਚ ਨਗਰਪਾਲਿਕਾਾਂ ਸੀ ਸੋ ਜਦੋਂ ਭਾਰਤ ਆਜ਼ਾਦ ਹੋਇਆ ਉਸ ਸਮੇਂ ਕਿਹੜੇ ਤਿੰਨ ਸ਼ਹਿਰ ਸੀ ਜਿੱਥੇ ਨਗਰਪਾਲਿਕਾਾਂ ਪਾਇਆ ਜਾਂਦੇ ਆ ਸੀ ਇਹ ਸੀਗਾ ਜੀ ਮਦਰਾਸ ਇਹ ਪਹਿਲਾ ਨਗਰ ਸੀਗਾ ਦੂਸਰਾ ਮੁੰਬਈ ਤੀਸਰਾ ਕੋਲਕੱਤਾ ਇਹਨਾਂ ਤਿੰਨਾਂ ਦੇ ਵਿੱਚ ਹੀ ਜਿਹੜਾ ਇਹ ਦੇਖਣ ਨੂੰ ਮਿਲਦੀ ਸੀਗੀ ਓਕੇ ਕੋਲਕੱਤਾ ਉਹ ਸ਼ਹਿਰ ਸੀਗਾ ਜਿੱਥੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਜਿਹੜੀ ਹੈ ਵਿਵਸਥਿਤ ਕੀਤੀ ਗਈ ਸੀ ਮੁੰਬਈ ਦੇ ਵਿੱਚ ਹਾਈ ਮਦਰਾਸ ਦੇ ਵਿੱਚ ਇਲਾਹਾਬਾਦ ਇਹਨਾਂ ਦੇ ਵਿੱਚ ਵੀ ਸਭ ਤੋਂ ਪੁਰਾਣੀਆਂ ਜਿਹੜੀਆਂ ਹਾਈ ਕੋਰਟਸ ਆਉਂਦੀਆਂ ਲੱਗੀਆਂ ਬਟ ਕੋਲਕੱਤਾ ਸਭ ਤੋਂ ਪੁਰਾਣੀ ਹੈਗੀ ਹੈ ओके जी सो ऐसे के ਸਾਡੇ ਅੱਜ ਦੇ MCQ ਸਮੇਟ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ so much